ਗੁਰੂ ਸਵਾਰੀ ਸਾਧ ਸੰਗਤ ਜੀ, ਜੋ ਅੱਜ ਦੇ ਵਿਸ਼ੇ ਤੇ ਗੱਲ ਚੱਲੀ ਹੈ ਗੁਰਦੁਆਰਾ ਸਾਹਿਬ ਰੋਣਾ ਵਾਲੀ, ਕਿ ਇਹ ਬਾਬੇ ਵਡਭਾਗ ਸਿੰਘ ਦੀ ਜਗ੍ਹਾ ਤੇ ਜਾ ਕੇ ਮਹਾਰਾਜ ਸਰੂਪ ਖੜਦੇ ਸੀ ਤੇ ਇਹ ਪਿਛਲੇ ਸਾਲ ਵੀ ਇਹਨਾਂ ਨੂੰ ਮਨਾ ਕੀਤਾ ਸੀ ਕਿ ਅਸੀਂ ਮਹਾਰਾਜ ਸਰੂਪ ਨਹੀਂ ਦੇਣਾ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਹ ਹੁਕਮ ਜਾਰੀ ਆ ਕਿ ਜਿੱਥੇ ਕੋਈ ਜਗ੍ਹਾ ਵਾ ਜਾਂ ਵਡਭਾਗ ਸਿੰਘ ਦਾ ਕੋਈ ਦਿਨ ਮਨਾਇਆ ਜਾਂਦਾ ਉੱਥੇ ਮਹਾਰਾਜ ਦੇ ਸਰੂਪ ਜਿਹੜੇ ਆ ਉਹ ਨਹੀਂ ਜਾ ਸਕਦੇ। ਅਸੀਂ ਡੱਕਿਆ ਸੀ, ਇਹਨਾਂ ਜ਼ੋਰਾਵਰੀ ਕੀਤੀ ਆ। ਮੈਂ ਗ੍ਰੰਥੀ ਸਿੰਘ ਹਾਂ, ਮੈਨੂੰ ਵੀ ਨਹੀਂ ਪੁੱਛਿਆ ਇਹਨਾਂ ਨੇ ਕਿ ਮਤਲਬ ਅਸੀਂ ਚੰਦੋਆ ਸਾਹਿਬ ਖਾਣ ਲੱਗੇ ਹਾਂ ਜਾਂ ਨਹੀਂ ਖਾਣ ਲੱਗੇ, ਨਾ ਆਪਣੇ ਆਪ ਲੈ ਗਏ ਆ। ਮੁੜ ਕੇ ਮਹਾਰਾਜ ਸਰੂਪ ਅਸੀਂ ਨਹੀਂ ਦਿੱਤਾ, ਜਿਵੇਂ ਨਹੀਂ ਦਿੱਤਾ ਤੇ ਮੁੜ ਕੇ ਇਹਨਾਂ ਨੇ ਸਾਡੇ ਤੇ ਇੱਥੇ ਹੁਲੜਬੂ ਜੀ ਵੀ ਕੀਤੀ ਆ ਥੋੜ੍ਹੀ ਬਹੁਤੀ, ਤੇ ਨਾਲੇ ਇਹਨਾਂ ਨੇ ਪੁਲਿਸ ਵੀ ਲੈਂਦੀ ਆ, ਪੁਲਿਸ ਲਿਆ ਕੇ ਵੀ ਸਾਨੂੰ ਉਹਨਾਂ ਨੂੰ ਮਤਲਬ ਗੱਲਾਂ ਬਾਤਾਂ ਕਰਵਾਈਆਂ ਨੇ। ਤੇ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਸੀ ਵੀ ਜੇ ਸ਼੍ਰੋਮਣੀ ਕਮੇਟੀ ਵਾਲੇ ਤੁਹਾਨੂੰ ਕਹਿ ਦੇਣ ਕਿ ਤੁਸੀਂ ਮਹਾਰਾਜ ਸਰੂਪ ਲੈ ਜਾਓ ਤੇ ਲਿਖਵਾ ਕੇ ਲਿਆਇਓ ਤੇ ਸਾਡੇ ਕੋਲ ਲੈ ਜਾਇਓ, ਤੇ ਉਹ ਉਹਨਾਂ ਨੇ ਲਿਖਵਾ ਕੇ ਨਹੀਂ ਲਿਆਂਦਾ। ਇਸ ਕਰਕੇ ਅਸੀਂ ਇਹ ਸਾਡੀ ਸਾਰੀ ਪ੍ਰਬੰਧਕ ਕਮੇਟੀ ਦਾ ਇਹ ਫੈਸਲਾ ਵਾ ਕਿ ਕਿਤੇ ਵੀ ਅਸੀਂ ਮਹਾਰਾਜ ਕਿਸੇ ਜਗ੍ਹਾ ਤੇ ਜਾਂ ਵਡਭਾਗ ਸਿੰਘ ਦੇ ਕਿਤੇ ਵੀ ਮਹਾਰਾਜ ਸਰੂਪ ਅਸੀਂ ਨਹੀਂ ਜਾਣ ਦੇਵਾਂਗੇ। ਇਸ ਕਰਕੇ ਸਾਰਿਆਂ ਦਾ ਮਤਾ ਇਹ ਪਾਸ ਹੋਇਆ ਹੈ, ਸੋ ਬੇਨਤੀ ਨੂੰ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ। ਕੀਤਾ ਵਾ ਸਵੇਰੇ ਤਾਂ 15-20 ਬੰਦੇ ਆਏ ਆ, ਇਹ ਜੁਰੋ ਜਬਰੀ ਲੈ ਜਾਣਾ, ਫਿਰ ਆਏ ਆ, ਫਿਰ ਪੁਲਿਸ ਨੂੰ ਨਾਲ ਲੈ ਕੇ ਆਇਆ, ਫਿਰ ਰੋਕ ਕੋ ਤੇ ਅਸੀਂ ਪੁਲਿਸ ਲਿਆਂਦੀ ਹੈ ਤਾਂ ਤੁਹਾਡੇ ਨਾਲ ਕੋਈ ਡੀਸੀ ਤੱਕ ਜਾਵਾਂਗੇ। ਅਸੀਂ ਕਿਹਾ ਚੱਲ ਜੋ ਕੋਈ ਗੱਲ ਨਹੀਂ, ਸੱਚੇ ਮਜਬੂਰੀ ਨੂੰ ਜਿੰਦਾ ਮਾਰ, ਅਸੀਂ ਮਜਬੂਰੀ ਨੂੰ ਜਿੰਦਾ ਮਾਰਿਆ, ਜੇ ਨਾ ਮਾਰੀ ਅੰਦਰ ਹੋਰ ਲੜਾਈ ਹੋ ਸਕਦੀ। ਗੁਰੂ ਸਵਾਰੀ ਸਾਧ ਸੰਗਤ ਜੀ, ਜੋ ਅੱਜ ਦੇ ਵਿਸ਼ੇ ਤੇ ਗੱਲ ਚੱਲੀ ਹੈ ਗੁਰਦੁਆਰਾ ਸਾਹਿਬ ਰੋਣਾ ਵਾਲੀ, ਕਿ ਇਹ ਬਾਬੇ ਵਡਭਾਗ ਸਿੰਘ ਦੀ ਜਗ੍ਹਾ ਤੇ ਜਾ ਕੇ ਮਹਾਰਾਜ ਸਰੂਪ ਖੜਦੇ ਸੀ ਤੇ ਇਹ ਪਿਛਲੇ ਸਾਲ ਵੀ ਇਹਨਾਂ ਨੂੰ ਮਨਾ ਕੀਤਾ ਸੀ ਕਿ ਅਸੀਂ ਮਹਾਰਾਜ ਸਰੂਪ ਨਹੀਂ ਦੇਣਾ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਹ ਹੁਕਮ ਜਾਰੀ ਆ ਕਿ ਜਿੱਥੇ ਕੋਈ ਜਗ੍ਹਾ ਵਾ ਜਾਂ ਵਡਭਾਗ ਸਿੰਘ ਦਾ ਕੋਈ ਦਿਨ ਮਨਾਇਆ ਜਾਂਦਾ ਉੱਥੇ ਮਹਾਰਾਜ ਦੇ ਸਰੂਪ ਜਿਹੜੇ ਆ ਉਹ ਨਹੀਂ ਜਾ ਸਕਦੇ। ਅਸੀਂ ਡੱਕਿਆ ਸੀ, ਇਹਨਾਂ ਜ਼ੋਰਾਵਰੀ ਕੀਤੀ ਆ। ਮੈਂ ਗ੍ਰੰਥੀ ਸਿੰਘ ਹਾਂ, ਮੈਨੂੰ ਵੀ ਨਹੀਂ ਪੁੱਛਿਆ ਇਹਨਾਂ ਨੇ ਕਿ ਮਤਲਬ ਅਸੀਂ ਚੰਦੋਆ ਸਾਹਿਬ ਖਾਣ ਲੱਗੇ ਹਾਂ ਜਾਂ ਨਹੀਂ ਖਾਣ ਲੱਗੇ, ਨਾ ਆਪਣੇ ਆਪ ਲੈ ਗਏ ਆ। ਮੁੜ ਕੇ ਮਹਾਰਾਜ ਸਰੂਪ ਅਸੀਂ ਨਹੀਂ ਦਿੱਤਾ, ਜਿਵੇਂ ਨਹੀਂ ਦਿੱਤਾ ਤੇ ਮੁੜ ਕੇ ਇਹਨਾਂ ਨੇ ਸਾਡੇ ਤੇ ਇੱਥੇ ਹੁਲੜਬੂ ਜੀ ਵੀ ਕੀਤੀ ਆ ਥੋੜ੍ਹੀ ਬਹੁਤੀ, ਤੇ ਨਾਲੇ ਇਹਨਾਂ ਨੇ ਪੁਲਿਸ ਵੀ ਲੈਂਦੀ ਆ, ਪੁਲਿਸ ਲਿਆ ਕੇ ਵੀ ਸਾਨੂੰ ਉਹਨਾਂ ਨੂੰ ਮਤਲਬ ਗੱਲਾਂ ਬਾਤਾਂ ਕਰਵਾਈਆਂ ਨੇ। ਤੇ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਸੀ ਵੀ ਜੇ ਸ਼੍ਰੋਮਣੀ ਕਮੇਟੀ ਵਾਲੇ ਤੁਹਾਨੂੰ ਕਹਿ ਦੇਣ ਕਿ ਤੁਸੀਂ ਮਹਾਰਾਜ ਸਰੂਪ ਲੈ ਜਾਓ ਤੇ ਲਿਖਵਾ ਕੇ ਲਿਆਇਓ ਤੇ ਸਾਡੇ ਕੋਲ ਲੈ ਜਾਇਓ, ਤੇ ਉਹ ਉਹਨਾਂ ਨੇ ਲਿਖਵਾ ਕੇ ਨਹੀਂ ਲਿਆਂਦਾ। ਇਸ ਕਰਕੇ ਅਸੀਂ ਇਹ ਸਾਡੀ ਸਾਰੀ ਪ੍ਰਬੰਧਕ ਕਮੇਟੀ ਦਾ ਇਹ ਫੈਸਲਾ ਵਾ ਕਿ ਕਿਤੇ ਵੀ ਅਸੀਂ ਮਹਾਰਾਜ ਕਿਸੇ ਜਗ੍ਹਾ ਤੇ ਜਾਂ ਵਡਭਾਗ ਸਿੰਘ ਦੇ ਕਿਤੇ ਵੀ ਮਹਾਰਾਜ ਸਰੂਪ ਅਸੀਂ ਨਹੀਂ ਜਾਣ ਦੇਵਾਂਗੇ। ਇਸ ਕਰਕੇ ਸਾਰਿਆਂ ਦਾ ਮਤਾ ਇਹ ਪਾਸ ਹੋਇਆ ਹੈ, ਸੋ ਬੇਨਤੀ ਨੂੰ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ। ਸਾਡੇ ਦੋ ਵਾਰੀ ਅਟੈਕ ਕੀਤਾ ਵਾ ਸਵੇਰੇ ਤਾਂ 15-20 ਬੰਦੇ ਆਏ ਆ, ਇਹ ਜੁਰੋ ਜਬਰੀ ਲੈ ਜਾਣਾ, ਫਿਰ ਆਏ ਆ, ਫਿਰ ਪੁਲਿਸ ਨੂੰ ਨਾਲ ਲੈ ਕੇ ਆਇਆ, ਫਿਰ ਰੋਕ ਕੋ ਤੇ ਅਸੀਂ ਪੁਲਿਸ ਲਿਆਂਦੀ ਹੈ ਤਾਂ ਤੁਹਾਡੇ ਨਾਲ ਕੋਈ ਡੀਸੀ ਤੱਕ ਜਾਵਾਂਗੇ। ਅਸੀਂ ਕਿਹਾ ਚੱਲ ਜੋ ਕੋਈ ਗੱਲ ਨਹੀਂ, ਸੱਚੇ ਮਜਬੂਰੀ ਨੂੰ ਜਿੰਦਾ ਮਾਰ, ਅਸੀਂ ਮਜਬੂਰੀ ਨੂੰ ਜਿੰਦਾ ਮਾਰਿਆ, ਜੇ ਨਾ ਮਾਰੀ ਅੰਦਰ ਹੋਰ ਲੜਾਈ ਹੋ ਸਕਦੀ। ਗੁਰੂ ਸਵਾਰੀ ਸਾਧ ਸੰਗਤ ਜੀ, ਜੋ ਅੱਜ ਦੇ ਵਿਸ਼ੇ ਤੇ ਗੱਲ ਚੱਲੀ ਹੈ ਗੁਰਦੁਆਰਾ ਸਾਹਿਬ ਰੋਣਾ ਵਾਲੀ, ਕਿ ਇਹ ਬਾਬੇ ਵਡਭਾਗ ਸਿੰਘ ਦੀ ਜਗ੍ਹਾ ਤੇ ਜਾ ਕੇ ਮਹਾਰਾਜ ਸਰੂਪ ਖੜਦੇ ਸੀ ਤੇ ਇਹ ਪਿਛਲੇ ਸਾਲ ਵੀ ਇਹਨਾਂ ਨੂੰ ਮਨਾ ਕੀਤਾ ਸੀ ਕਿ ਅਸੀਂ ਮਹਾਰਾਜ ਸਰੂਪ ਨਹੀਂ ਦੇਣਾ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਹ ਹੁਕਮ ਜਾਰੀ ਆ ਕਿ ਜਿੱਥੇ ਕੋਈ ਜਗ੍ਹਾ ਵਾ ਜਾਂ ਵਡਭਾਗ ਸਿੰਘ ਦਾ ਕੋਈ ਦਿਨ ਮਨਾਇਆ ਜਾਂਦਾ ਉੱਥੇ ਮਹਾਰਾਜ ਦੇ ਸਰੂਪ ਜਿਹੜੇ ਆ ਉਹ ਨਹੀਂ ਜਾ ਸਕਦੇ। ਅਸੀਂ ਡੱਕਿਆ ਸੀ, ਇਹਨਾਂ ਜ਼ੋਰਾਵਰੀ ਕੀਤੀ ਆ। ਮੈਂ ਗ੍ਰੰਥੀ ਸਿੰਘ ਹਾਂ, ਮੈਨੂੰ ਵੀ ਨਹੀਂ ਪੁੱਛਿਆ ਇਹਨਾਂ ਨੇ ਕਿ ਮਤਲਬ ਅਸੀਂ ਚੰਦੋਆ ਸਾਹਿਬ ਖਾਣ ਲੱਗੇ ਹਾਂ ਜਾਂ ਨਹੀਂ ਖਾਣ ਲੱਗੇ, ਨਾ ਆਪਣੇ ਆਪ ਲੈ ਗਏ ਆ। ਮੁੜ ਕੇ ਮਹਾਰਾਜ ਸਰੂਪ ਅਸੀਂ ਨਹੀਂ ਦਿੱਤਾ, ਜਿਵੇਂ ਨਹੀਂ ਦਿੱਤਾ ਤੇ ਮੁੜ ਕੇ ਇਹਨਾਂ ਨੇ ਸਾਡੇ ਤੇ ਇੱਥੇ ਹੁਲੜਬੂ ਜੀ ਵੀ ਕੀਤੀ ਆ ਥੋੜ੍ਹੀ ਬਹੁਤੀ, ਤੇ ਨਾਲੇ ਇਹਨਾਂ ਨੇ ਪੁਲਿਸ ਵੀ ਲੈਂਦੀ ਆ, ਪੁਲਿਸ ਲਿਆ ਕੇ ਵੀ ਸਾਨੂੰ ਉਹਨਾਂ ਨੂੰ ਮਤਲਬ ਗੱਲਾਂ ਬਾਤਾਂ ਕਰਵਾਈਆਂ ਨੇ। ਤੇ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਸੀ ਵੀ ਜੇ ਸ਼੍ਰੋਮਣੀ ਕਮੇਟੀ ਵਾਲੇ ਤੁਹਾਨੂੰ ਕਹਿ ਦੇਣ
ਕਿ ਤੁਸੀਂ ਮਹਾਰਾਜ ਸਰੂਪ ਲੈ ਜਾਓ ਤੇ ਲਿਖਵਾ ਕੇ ਲਿਆਓ ਤੇ ਸਾਡੇ ਕੋਲ ਲੈ ਜਾਇਓ, ਤੇ ਉਹ ਉਹਨਾਂ ਨੇ ਲਿਖਵਾ ਕੇ ਨਹੀਂ ਲਿਆਂਦਾ। ਇਸ ਕਰਕੇ ਅਸੀਂ ਇਹ ਸਾਡੀ ਸਾਰੀ ਪ੍ਰਬੰਧਕ ਕਮੇਟੀ ਦਾ ਇਹ ਫੈਸਲਾ ਵਾ ਕਿ ਕਿਤੇ ਵੀ ਅਸੀਂ ਮਹਾਰਾਜ ਕਿਸੇ ਜਗ੍ਹਾ ਤੇ ਜਾਂ ਵਡਭਾਗ ਸਿੰਘ ਦੇ ਕਿਤੇ ਵੀ ਮਹਾਰਾਜ ਸਰੂਪ ਅਸੀਂ ਨਹੀਂ ਜਾਣ ਦੇਵਾਂਗੇ। ਇਸ ਕਰਕੇ ਸਾਰਿਆਂ ਦਾ ਮਤਾ ਇਹ ਪਾਸ ਹੋਇਆ ਹੈ। ਸੋ ਬੇਨਤੀ ਨੂੰ ਪ੍ਰਵਾਨ ਕਰਨਾ। ਮਜਬੂਰੀ ਨੂੰ ਜਿੰਦਾ ਮਾਰਿਆ, ਜੇ ਨਾ ਮਾਰੇ ਅੰਦਰ ਹੋਰ ਲੜਾਈ ਹੋ ਸਕਦੀ।